living legend. Here is a 105-year-old man who still runs marathons, and his name is Fauja Singh of Punjab. Fauja Singh started running at the age of 89 years. A personal tragedy struck in his life. He lost his younger son in an accident while building a hotel in Punjab and was taken to London by his elder son. There he had nothing to do, virtually apart from seeing television channels or flipping through newspapers and magazines, till one day he came across an advertisement for a charity run, and that's how Fauja Singh took to running marathons. Today, after having broken several world records and having become the brand ambassador of one of the most popular sportswear brands in the world, Adidas, Fauja Singh stands for that saying, impossible is nothing. At the age of 105, he still runs every day and is still a marathon enthusiast, even though he has retired at the age of 102 after breaking not one, but more than a half dozen world records. Let's go across to talk to meet Fauja Singh, who's in conversation with Mr. Dharminder in the Daily World office today. ਅਸੀਂ ਬਾਬਾ ਜੀ ਤੁਹਾਡਾ ਇੱਥੇ ਆਉਣ ਦੇ ਸਵਾਗਤ ਕਰਦੇ ਹਾਂ ਵੀ ਤੁਸੀਂ ਚੰਡੀਗੜ੍ਹ ਪਧਾਰੇ ਔਰ ਅਸੀਂ ਵੱਡਭਾਗੀ ਆਪਣੇ ਆਪ ਨੂੰ ਮਹਿਸੂਸ ਕਰਦੇ ਹਾਂ ਵੀ ਤੁਸੀਂ ਅੱਜ ਸਾਡੇ ਦਰਮਿਆਨ ਹੋ। ਮੈਂ ਥੋੜ੍ਹਾ ਜਿਹਾ ਪੁੱਛਣਾ ਚਾਹਾਂਗਾ ਤੁਹਾਡੀ ਟ੍ਰੇਨਿੰਗ ਦੇ ਬਾਰੇ, ਕਿਸ ਤਰੀਕੇ ਨਾਲ ਟ੍ਰੇਨਿੰਗ ਕਰਦੇ ਹੋ ਕਿ ਇੰਨਾ ਲੰਬਾ ਭੱਜ ਜਾਂਦੇ ਹੋ? ਇਹ ਤਾਂ ਹੈ ਕਿ ਮੈਂ ਜਾ ਕੇ ਇਹ ਕੁਦਰਤੀ ਪਹਿਲਾਂ ਜਿੱਥੋਂ ਮੈਂ ਵਧਿਆ, ਕੈਂਸਰ ਦਾ ਇਲਾਜ ਟੋਲਦੇ ਸਾਰੀ ਦੁਨੀਆ 'ਚ, ਕੈਂਸਰ ਦੀ ਚੈਰਿਟੀ 'ਚ ਪਹਿਲਾਂ ਤਾਂ ਮੈਂ ਕਬੱਡੀ ਵਾਲਿਆਂ ਨਾਲ ਤੁਰਨ ਫਿਰਨ ਲੱਗਾ ਪਲੇਅਰਾਂ ਨਾਲ, ਫਿਰ ਮੈਂ ਕੈਂਸਰ ਦੀ ਚੈਰਿਟੀ ਸੀ 20 ਕਿਲੋਮੀਟਰ, ਮੇਰੇ ਪਾ ਦਾ 20 ਮੀਲ ਲਾਉਣ ਲਿਆ। ਉਸ ਚੈਰਿਟੀ ਨੂੰ ਕੁਛ ਤਾਂ ਗਰਾਹ ਕੇ 1000 ਪਾਉਂਡ ਦਿੱਤਾ, ਕੁਛ ਕੋਲੋਂ ਦਿੱਤੇ, ਸਭ ਲੋਕਾਂ ਨੂੰ ਪੈਸੇ ਦਿੱਤੇ, 10-10 ਰੁਪਈਏ ਪਹਿਲਾਂ ਲਏ ਸੀ ਉਹਨੇ। ਉਹ ਪ੍ਰਾਈਵੇਟ ਸੀ, ਕੋਈ ਕਿਤੇ ਬਹਿ ਗਿਆ, ਕੋਈ ਕਿਤੇ ਬਹਿ ਗਿਆ, ਥੋੜ੍ਹੀ ਜਿਹੀ ਪੂਰੀ ਕੀਤੀ ਸੀ। ਉੱਥੋਂ ਸ਼ੁਰੂ ਹੋਈ, ਮੇਰੇ ਦਿਮਾਗ 'ਚ ਆ ਗਈ ਵੀ 20 ਮੀਲ ਕਰ ਲਈ, ਕੀਤੀ ਸੀ 20 ਕਿਲੋਮੀਟਰ। ਜੇ ਮੈਨੂੰ ਪੇਪਰ ਨਾ ਦੇਣ, ਉਹ 5 ਮਹੀਨੇ ਅੱਗਿਓਂ ਪੇਪਰ ਦਿੰਦੇ ਆ, ਟ੍ਰੇਨਿੰਗ ਕਰ ਲੈਣ, ਸਾਰਾ ਇਹ ਟ੍ਰੇਨਿੰਗ ਦਾ ਕੰਮ ਆ, ਖਾਣ ਪੀਣ ਨਾਲੋਂ ਜ਼ਿਆਦਾ। ਉਹ ਮੈਨੂੰ ਇਹ 2 ਮਹੀਨੇ ਲੰਘ ਗਏ, 3 ਮਹੀਨੇ ਰਹਿ ਗਏ ਕੋਈ ਪੇਪਰ ਨਾ ਭੇਜਣ, ਬੜਾ ਯਤਨ ਕੀਤਾ, ਹੁਣ ਤਾਂ ਮੈਂ ਸਭ ਜਾਣਦੇ ਆ। ਫਿਰ ਮੈਨੂੰ ਗੌਰਮੈਂਟ ਤਾਂ ਬੜੀਆਂ ਚੰਗੀਆਂ ਮੈਨੂੰ ਕਰ ਦਿੱਤੀ, ਚਿੱਠੀ ਪਾ ਦਿੱਤੀ ਵੀ 1350 ਪਾਉਂਡ ਇੱਥੋਂ ਲੈਣਾ, 10 ਕਰਦੇ ਚੈਰਿਟੀ ਲਈ, ਮਤਲਬ ਪੇਪਰ ਮਤਲਬ ਰਜਿਸਟ੍ਰੇਸ਼ਨ ਦੀ, ਜਿਹੜੀ ਰਜਿਸਟ੍ਰੇਸ਼ਨ ਕਰਦੇ ਮੈਰਾਥਨ ਦੀ, 1350 ਪਾਉਂਡ ਲੈਣਾ, ਤੂੰ ਪਛੜ ਗਿਆ। ਅੱਛਾ ਜੀ। 10 ਕਰਦੇ ਅਤੇ ਉਹਨੇ ਪੇਪਰ ਭੇਜ ਦਿੱਤੇ। ਅੱਛਾ ਜੀ। ਮੁੰਡਾ ਦੇ ਪਾਲਾ ਵੇ, ਇਹ ਕਿਸੇ ਪਾਸੇ ਲੱਗੇ ਹੱਡ ਛੜਾਵੇ, ਮੁੰਡਾ ਕਹਿੰਦਾ ਇੰਡੀਆ ਨੇ ਦੌੜੀ ਨਾ ਦੌੜੀ, ਮੈਂ 1350 ਦੇ ਦਊਂ। ਅੱਛਾ ਜੀ। ਬੜੀ ਖੁਸ਼ੀ ਨਾਲ ਮਹਾਰਾਜ, ਇੱਕ ਤਾਂ ਦੇਖੋ ਜੇ ਦੇਸ਼ ਚੰਗਾ ਹੁੰਦਾ ਕਿਉਂ ਬਾਹਰ ਨਿਕਲਦੇ, ਭੁੱਕੇ ਦੇਸ਼ ਦਾ ਬੰਦਾ 1350 ਪਾਉਂਡ ਉਹਨਾਂ ਦਿਨਾਂ 'ਚ ਦੇਣਾ, 42 ਕਿਲੋ ਮੌਤ ਦੇ ਮੂਹਰੇ ਪੈਣਾ, ਮੈਨੂੰ ਕਿਹੜਾ ਫਾਇਦਾ ਸੀਗਾ? ਹਾਂਜੀ। ਬੜੀ ਖੁਸ਼ੀ ਨਾਲ, ਬੜੀ ਖੁਸ਼ੀ ਮੈਨੂੰ। ਹਾਂਜੀ। ਇਹ ਉਸ ਰੱਬ ਦੀਆਂ ਗੱਲਾਂ। ਠੀਕ ਹੈ। ਮੈਂ ਤੁਰਿਆ ਜਾਵਾਂ, ਇੱਕ ਬੰਦਾ ਕਹਿੰਦਾ ਬਾਬਾ ਕਹਿੰਦੇ ਤੈਨੂੰ ਪੇਪਰ ਮਿਲੇ ਜਾਂ ਮਿਲੇ, ਉਹ ਕਹਿੰਦਾ ਤੈਨੂੰ ਕੋਚ ਟਕਰਾਵਾਂ। ਅੱਛਾ ਜੀ। ਉਹ ਵੀ ਦੌੜਿਆ ਸੀ 1-2 ਮੈਚ। ਕੋਚ ਕਿਹੜਾ ਸੀ? ਕੋਚ ਹਰਮਿੰਦਰ ਵਾ। ਅੱਛਾ ਜੀ। ਉਹ ਜੰਮਿਆ ਸਿੰਘਾਪੁਰ ਦਾ ਹੈਗਾ, ਉੱਧਰ ਦਾ, ਬੜਾ ਪੜ੍ਹਿਆ ਲਿਖਿਆ ਇੱਕ ਕੋਚ ਹੁੰਦਾ, ਇਹਦਾ ਮੇਰੇ ਕੋਲ ਬੈਠਾ, ਇਹ ਮੈਨੂੰ ਇੱਥੇ ਤੇ ਪਹੁੰਚਾਇਆ। ਅੱਛਾ ਜੀ। ਗੈਲ ਨਾ ਆਦਮੀ ਪਹੁੰਚਦਾ, ਮੈਂ ਤਾਂ ਕੋਈ ਪੜ੍ਹਿਆ ਨਹੀਂ, ਕੋਈ ਗੱਲ ਨਹੀਂ, ਕੌਣ ਉਹ ਕੋਚ ਨੂੰ ਟੈਲੀਫੋਨ ਕੀਤਾ। ਟ੍ਰੇਨਿੰਗ ਕਿਵੇਂ ਕਿਵੇਂ ਕਰਾਈ ਜੀ? ਉਹ ਕਹਿੰਦਾ ਹਾਂਜੀ ਮੁੰਡੇ ਨੂੰ ਐਤਵਾਰ ਨੂੰ ਇੱਥੇ ਛੱਡ ਜਾ। ਅੱਛਾ ਜੀ। 12 ਐਤਵਾਰ ਰਹਿੰਦੇ 3 ਮਹੀਨਿਆਂ ਦੇ। ਅੱਛਾ ਜੀ। 4 ਐਤਵਾਰ ਆਉਂਦਾ ਹੈ ਨਾ। ਹਾਂਜੀ। ਉਹ 12 ਐਤਵਾਰ ਮੈਨੂੰ ਟ੍ਰੇਨਿੰਗ ਕਰਾ ਦਿੱਤੀ। ਅੱਛਾ ਜੀ। ਮੈਂ ਕਾਮਯਾਬ ਹੋਇਆ ਪਹਿਲੇ। ਠੀਕ ਹੈ। ਨੰਬਰ ਪਹਿਲਾਂ 4 ਦਿਨ ਅੱਗੇ ਲਿਆ ਜਾ। ਅੱਛਾ ਜੀ। ਫਿਰ 4 ਸਾਲ ਲਗਾਤਾਰ ਉੱਥੇ ਦੌੜਦੇ ਰਹੇ। ਠੀਕ ਹੈ ਜੀ। ਯੂਕੇ ਦੇ ਵਿੱਚ ਜੀ? ਯੂਕੇ 'ਚ ਇੱਕ ਥਾਂ। ਅੱਛਾ ਜੀ। ਫਿਰ 5ਵਾਂ ਸਾਲ ਹੋਇਆ, ਸਰੀਰ ਮੇਰਾ ਤਿਆਰ ਹੁੰਦਾ ਰਿਹਾ। ਅੱਛਾ ਜੀ। ਦੇਖੋ। ਅੱਛਾ ਜੀ। ਲੋਕਾਂ ਦਾ ਜਵਾਨੀ ਬਾਰੇ ਹੁੰਦਾ, ਮੇਰਾ ਬੁੱਢੇ ਬਾਰੇ ਹੁੰਦਾ, ਮਹਾਰਾਜ ਦੀਆਂ ਗੱਲਾਂ ਦੇਖੋ। ਠੀਕ ਹੈ ਜੀ।
तैयार होता रहा। फिर अं पंजे साल मेरी फोटो लगियां चार फेरे नंबर लैन चार दिन अच्छा उत्थे नंबर कोई कहता बाबा साड़ी कदर हो गई अच्छा जो बढ़िया बढ़िया दराक सी चीनिया के गोरे उत्थे तंबू ला के मारना नहीं तो पंद्रह खड़े रहना छे बजे उठ के उन्हें बुआ पेट देना जिते मुल्क हजारा पांच सत्त हज़ार कट्ठा होंगे ठीक है तड़के उठ के जाना उन्हें दौड़ जुदी हो जाने शुरू नहीं होंगी साड़ी पैर में होने लग पी नाल कार होनी डेग ना पवे बुढ़ा बीमार ना हो जाए तो डाइट के दौड़न की डाइट आप खान पीन कि खान पीन हर आदमी का मेदा जुदा जुदा होंगे भरावान का जुदा किसी ने कुछ किसी ने कुछ मैं तो यह अपना तजर्बा दसदा जोड़ा मेरा लिखता मैं तो कहना नींद तो भुख जिनी मर्जी बढ़ा लो जिनी मर्जी घटा लो ठीक है मैं डैड पहला तो ही थोड़ा खा थोड़ा खाता हूँ अच्छा जी फिर एक होर पता यह है पेन करने रोज चेक होना शरीर हस्पता नौ ज्यादा चेक होना जिदन सवेर में पैर पट होना कहना हाँ ठीक है रात में आ मर जिदन पैर ना सवेर में पट होना रात कि चीज माड़ी खा ली आ वो तो आप ही ट्रेन चीज आती पता लगी जाता ठीक बिच कहीं पूछने वाली गल नहीं क्यों चौबी घंटे निगाह जी इधर होनी एक ये इमानदारी ठीक है बढ़ जाती एक स्टैंड बढ़ जाता हर पक्षों कह की लौड़ नहीं रही उस इंसान लड़कियां लड़कियों भी माड़े पास ना जाओ ये योजना चीज़ा यो मलों मल्ली आदमी का स्टैंड भी बढ़ाया ठीक है आदमी की सारी पोजिशन भी हर एक तरह इमानदारी भी बढ़ाया ये कुदरती आ ये अंग्रेजा ने किनिया चिरा तुरी हुई सी जिदन का मैं दौड़ लगा एक तो टोरंटो मैरथनी मेरे नाम इतने सब पंजाब अद्धे ना ज़्यादा पंजाबी होंगे आ लड़कियां अपन गोली मंग जा जल्द बताई किलोमीटर से अच्छा ये सारा ही कारोबार ट्रेनिंग दे पांच महीने पहला नंबर देंगे पैसे लेंगे एक कहते हैं कि अजकल रनर कहते जी बहुत बहुता लंबा दौड़ना नहीं चाहिए इंजरी बड़ी होंगी है बड़ी जी सट बजती है गोडे हाँ मेरा कोई गोडा दिखता उंगे हो जाते पैंठ साल तो बाद ठंडे मुख के कोई हूँ मैं आ के बीमार पा उठी बीमारी पी मेरे की फायदे तो सोचते एक वाल दौड़ जी इदा दिन गल् होंगे अंग्रेजों चुप सौ साल की हर पैसे लेंगे हर टाउन चो आ बड़े अकले वाले दुनिया गल् अकल ना दुनिया फ्रोड ली आ ये गोड़े कोई माड़ा काम कर सकते सोचने वाली गल हूँ हर पंजाब हो यूनिवर्सिटी हो ये आदमी का सब कुछ ही वाधा ठीक है एक चीज नहीं बड़ी इमानदारी बड़ा स्टैंड बड़ा सब कुछ ही वाधा आदमी का कामयाब आदमी एक डेली वर्ल्ड बारे जो चंडीगढ़ च वही एक मैराथन लै लैके आ रहे इंटरनेशनल लैवल की हाँ जी ये बारे तुम की कहना चाहोगे बताली किलोमीटर हाँ जी बताली किलोमीटर की अदा कर रहे हैं ये बारे बहुत खुश हाँ कोई फर्क नहीं पैंदा असी ठंडे जो गर्म मुल्क होना उधर छद लेना भावें दुए दिन भी हो जिले आर्मी की ट्रेनिंग पूरी की हो प्रवाह नहीं मानता जोड़े मर जाते हैं ना एक दो बंदे हर साल उन्होंने ट्रेनिंग ही पूरी की होंगी है फिर आदमी ट्रेनिंग आदमी अपने आप को हिसाब ला लवे भी किन्ने मील घंटे की कर सकता पहले अच्छा जी पांच महीने पहले मतलब एक प्लान बना के चलना चाहिए प्लान बना के वो अपने शरीर का हिसाब ला लवे मैं जोड़ना किन्ने मील घंटे कर सकता उसको वध ना करे ठीक है एक कंपीटिशन होंदा कीनिया वालों का ये कोई तकड़े मारे नहीं गल उच्चा मैं जाया कि नहीं अभी दो बार अच्छा उच्चा सहाँ वो गरीब बंदे आना टूपा अंदरलिया छड़ना सह फड़ना सह ये तकड़े मारे शुरू तो छोटेपन तो उन्होंने होंगी आबो हवा उन्न कर जाते गिलमे ना खाक ना बहुत गरीब बेचारे एक मैं सुनिया बाबा जी कहते कपड़िया का शूज का बड़ा शौक है
ਇੱਕ ਗਿਲਾਸ ਮਾਂ ਦਾ ਗੀਤ ਹੈ, ਚੱਕਰ ਹੈ ਚੱਕਰ। ਅੱਛਾ ਜੀ, ਹਰ ਇੱਕ ਬੰਦੇ ਨੂੰ ਕੋਈ ਨਾ ਕੋਈ ਚੱਕਰ। ਦੇਖੋ ਜੀ, ਸ਼ਰਾਬ ਪੀ ਕੇ ਮੀਰ ਖਾ ਕੇ ਦੌੜ ਨਹੀਂ ਹੁੰਦਾ, ਉਹ ਵੀ ਐਡੋ ਮੈਲ ਕਹਿਣ ਦੀ ਲੋੜ ਨੇ ਵਿਆਹ ਦਾ ਕੰਮ ਕਰ, ਸਮਝਦੇ ਗੱਲ? ਠੀਕ ਹੈ, ਇਹ ਵੀ ਸਟੈਂਡ ਵੱਧ ਜਾਂਦਾ। ਫਿਰ ਇਹ ਹੁੰਦਾ ਤਾਂ ਹਰ ਇੱਕ ਆਦਮੀ ਨੂੰ, ਮੈਂ ਹੁਣ ਤਾਂ ਮਰਨ ਮੈਂ ਲੱਗਾ ਹਾਂ ਡਾਕਟਰ ਵਾ, ਉਹ ਪਤਾ ਲੱਗਦਾ ਹੁਣ ਮੇਰਾ ਕੱਦ ਪੂਰਾ ਆ, ਮੇਰਾ ਸੱਤੀ ਵੀ ਲੈ ਲਵਾਂ, ਉਹ ਵੀ ਉੱਚੇ ਰਹਿੰਦੇ ਆ, ਮੋਢੇ ਨਹੀਂ ਮੇ ਚਾਹੁੰਦੇ। ਫਿਰ ਮੈਂ ਬਾਹਰੋਂ ਕੱਪੜੇ ਲੈ ਕੇ, ਇੱਥੋਂ ਕੱਪੜੇ ਲੈ ਕੇ, ਜਲੰਧਰ ਬਹੁਤ ਵਧੀਆ ਦਰਦੀ ਆ ਹੁਣ ਸਾਡੇ ਪੰਜਾਬ 'ਚੋਂ, ਬਾਹਰਲੇ ਮੁਲਕ ਦਾ ਤਾਂ ਪੰਜਾਬ ਦਾ ਕੋਈ ਫਰਕ ਨਹੀਂ, ਵਧੀਆ ਵਧੀਆ ਚੀਜ਼ਾਂ ਮਿਲ ਜਾਂਦੀਆਂ, ਪਰ ਇੱਕੋ ਹੀ ਫਰਕ ਵਾ, ਦੀਨ ਮਜ਼ਬੀ ਹੈ ਨਹੀਂ, ਚੰਗੇ ਨੂੰ ਵੀ ਬੁਰਾ ਕਹਿੰਦੇ, ਬੁਰੇ ਨੂੰ ਤਾਂ ਬੁਰਾ ਕਹਿਣਾ। ਮੈਂ ਜੂਨੀ ਵਾਸੀਆਂ 'ਚ ਜਾਂਦਾ, ਬਾਹਰ ਲੈ ਆਉਂਗੇ ਬੱਚੇ ਸਾਡੇ, ਕਿਤੇ ਲੋੜਾ ਆ ਗਿਆ, ਇੱਕ ਦੂਏ ਤੋਂ ਵਧੀਏ। ਪਰ ਇਹਨਾਂ ਨੂੰ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ, ਸ਼ਰਾਬ ਵਗੈਰਾ ਹੁੰਦਾ, ਚੰਗੇ ਨੂੰ ਚੰਗਾ ਨਹੀਂ, ਮਾੜੇ ਨੂੰ ਮਾੜਾ ਨਹੀਂ, ਇਹ ਗੱਲ ਆ ਪੰਜਾਬ। ਤੁਸੀਂ ਦੁਨੀਆ 'ਚ ਕਈ ਦੇਸ਼ਾਂ ਦੇ ਵਿੱਚ ਘੁੰਮੇ ਹੋ ਸਾਰਿਆਂ ਜੀ, ਕੋਈ ਦਿਲਚਸਪ ਜਿਹਾ ਕਿੱਸਾ ਦੱਸੋ, ਜਿਹੜਾ ਕੋਈ ਰਨਿੰਗ ਦੇ ਦੌਰਾਨ ਜਾਂ ਕੋਈ ਇਵੈਂਟ ਜਿੱਥੇ ਗਏ ਸੀ, ਉੱਥੇ ਕੋਈ ਖਾਸ ਗੱਲ, ਕੋਈ ਦਿਲਚਸਪ ਸ਼ੇਅਰ ਕਰ ਸਕਦੇ? ਇੱਕ ਗੱਲ, ਹਰ ਇੱਕ ਦੇਸ਼ਾਂ 'ਚ ਅਲੱਗ ਅਲੱਗ, ਕੋਈ ਨਾ ਕੋਈ ਯੂਬਾ, ਕੋਈ ਨਾ ਕੋਈ ਖਾਣਾ। ਮੈਨੂੰ ਤਾਂ ਆਪਣੇ ਦੇਸ਼ ਵਰਗਾ ਦੁਨੀਆ ਤੋਂ ਪੱਧਰਾ ਦੇਸ਼ ਛੇ ਰੁੱਤਾਂ ਇੱਦਾਂ ਦੇ ਬੰਦੇ ਆ, ਇੱਥੇ ਦੇ ਜਿੱਥੇ ਗਏ ਮੁਲਕ ਰਾਜੇ ਬਣਾਏ, ਆਪਣੇ ਦੇਸ਼ ਵਰਗਾ ਚੰਗਾ ਨਹੀਂ ਲੱਗਾ, ਆਪਣੇ ਦੇਸ਼ ਵਰਗਾ ਹੁਣ ਭੈੜਾ ਨਹੀਂ ਕੋਈ ਹੋਇਆ। ਚਲੋ, ਇੱਥੋਂ ਦਾ ਕੋਈ ਵਧੀਆ ਦਿਲਚਸਪ ਕਿੱਸਾ ਯਾਦ ਹੋਵੇ ਤਾਂ ਉਹ ਦੱਸ। ਇੱਥੇ ਦਾ ਇਹ ਤੋਂ ਵਧੀਆ ਕੀ ਹੁਣ ਮੈਂ ਇੱਥੇ ਦੇਖਣਾ, ਜੱਜ ਕਰਨਾ ਚੰਡੀਗੜ੍ਹ, ਮੈਨੂੰ ਕੁੱਤੇ ਪਏ ਉੱਥੇ ਬਜ਼ੁਰਗ। ਅੱਛਾ ਜੀ, ਬਲੈਚ ਬਾਬਾ ਕਿਹੜਾ ਵਧੀਆ ਆ ਮੁਲਕ। ਮੈਂ ਕਹਿੰਦਾ ਹੁਣ ਜੇ ਇਹਨਾਂ ਨੂੰ ਨਾਂ ਲੈ ਲਿਆ, ਨਾਮ ਲੈ ਕਿਸੇ ਦਾ, ਇਹ ਕਹਿਣਾ ਇੱਥੋਂ ਖਰਚ ਵਰਚ ਲੈਂਦਾ, ਅੜਿੱਕਾ ਲਾਂਭਲਾ ਕਰਦਾ। ਹੁਣ ਜਿੱਦਾਂ ਅੰਗਰੇਜ਼ਾਂ ਵੇਲੇ ਸ਼ਫੈਦ ਪੋਸ਼ ਲੰਬੜਦਾਰ ਜੈਲਦਾਰ, ਪਹਿਲਾਂ ਇਹਨਾਂ ਦੀ ਚੌਧਰ ਹੁੰਦੀ, ਹੁਣ ਸਭ ਇੱਕੋ ਜਿਹਾ। ਹੁਣ ਇੰਗਲੈਂਡ ਦਾ ਨਾਂ ਰਹਿ ਗਿਆ, ਉੱਥੇ ਦੁਨੀਆ ਬਹੁਤ ਵਾ, ਜਗ੍ਹਾ ਥੋੜ੍ਹੀ, ਉਹਦੇ ਕਾਨੂੰਨ ਵਧੀਆ, ਹੋਰ ਸਾਰੇ ਮੁਲਕ। ਅੱਜ ਚੰਡੀਗੜ੍ਹ ਵਾ, ਪੰਜਾਬ 'ਚੋਂ ਚੰਡੀਗੜ੍ਹ ਦੁਨੀਆ 'ਚੋਂ ਡੁਬਈ, ਮੈਂ ਡੁਬਈ ਵੀ ਜਾਇਆ। ਅੱਛਾ, ਉਹ ਕਿੱਦਾਂ ਇਮਾਨਦਾਰੀ, ਠੀਕ ਹੈ, ਇਮਾਨਦਾਰੀ, ਇਮਾਨਦਾਰੀ ਬੰਦੇ 'ਚ ਹੋਵੇ ਇਮਾਨਦਾਰੀ, ਉਹ ਬੰਦਾ ਸਾਰਿਆਂ ਨਾਲ ਵਧੀਆ। ਅੱਛਾ, ਹੈ ਨਹੀਂ ਚੰਡੀਗੜ੍ਹ ਇੱਦਾਂ, ਮੈਂ ਇਹਨਾਂ ਗੱਲਾਂ ਕਰਦਾ, ਮੈਂ ਅੱਗੇ ਹਰ ਸਾਲ ਆਉਂਦਾ, ਮੇਰੇ ਇੱਥੇ ਭਾਣਜੇ, ਮੇਰੇ ਬੱਚੇ ਵੀ ਇੱਥੇ ਪੜ੍ਹੇ। ਠੀਕ ਹੈ, ਜੋ ਬਲੈਤ ਦਾ ਅਕਲਿਆ ਅਮੀਰ ਬੰਦਾ, ਉਹਦਾ ਅਮੀਰ ਹੁੰਦਾ ਹੀ ਅਗਲਿਆ, ਗਰੀਬ ਨੂੰ ਅਮੀਰ ਕਿੱਥੇ ਹੋ, ਜਿਹੜਾ ਬੇਅਕਲ ਬੰਦਾ ਹੋਵੇ। ਠੀਕ ਹੈ, ਉਹ ਇੱਥੇ ਆ, ਇੱਥੇ ਸੌਣ ਭਾਦੋਂ 'ਚ ਵੀ ਇੱਕ ਅੱਧਾ ਵਾਰਾ ਨੇੜਾ, ਇੱਕ ਸਾਡੇ ਪੰਜ ਦੀ ਮੌਤ ਹੋ ਗਈ, ਨਹੀਂ ਤਾਂ ਮੱਖੀਆਂ ਮੱਛਰ ਹੁੰਦੇ, ਮੱਖੀ ਮੱਛਰ ਇੱਥੇ ਕੋਈ ਨਹੀਂ, ਕੁੱਤਾ ਇੱਥੇ ਕੋਈ ਨਹੀਂ, ਦਰੱਖਤਾਂ ਦੀ ਮੌਜਾਂ ਲੱਗੀ ਹੋਈ ਆ, ਜਾਨਵਰ ਲਹਿ ਲਹਿ ਕਰਦੇ ਆ, ਜਿੱਦਾਂ ਪੰਜਾਬ 'ਚ ਕੋਈ ਜਾਨਵਰ ਨਹੀਂ ਰਿਹਾ, ਕੋਈ ਦਰੱਖਤ ਨਹੀਂ ਰਿਹਾ। ਠੀਕ ਹੈ ਬਾਬਾ ਜੀ, ਤੁਸੀਂ ਇੱਕ ਨੌਜਵਾਨਾਂ ਵਾਸਤੇ ਕੋਈ ਸੰਦੇਸ਼ ਜਿਹੜਾ ਦੇਣਾ ਚਾਹੋ? ਆਖਿਰ ਦੇ ਵਿੱਚ ਮੈਂ ਇਹ ਪੁੱਛਾਂਗਾ ਕਿ ਜਿਹੜੇ ਨੌਜਵਾਨ ਨੇ ਅੱਜ ਕੱਲ੍ਹ ਦੇ, ਬਹੁਤ ਘੱਟ ਐਕਟਿਵ ਨੇ ਅਤੇ ਦੌੜਦੇ ਘੱਟ ਹੈ, ਘੱਟ ਨਹੀਂ, ਸਾਡਾ ਪੰਜਾਬੀ ਬੰਦਾ ਹਰ ਥਾਂ ਵਧੀਆ ਆ, ਪੰਜਾਬ ਦੇ ਡਰੱਗਨ ਮਾਰਦੇ ਆ ਅਗਾਂਹ, ਸਾਨੂੰ ਭਵਿੱਖ ਜਿਹੜਾ ਨਾ ਸਾਹਮਣੇ ਵਾਲਾ ਉਹ ਨਹੀਂ ਦੀਦਾ, ਭਾਵਾਂ ਕਿੰਨਾ ਪੰਜਾਬ ਰਾਜਾ ਹੋ ਗਿਆ, ਜਿਹੜਾ ਭਵਿੱਖ ਸਾਡਾ ਬੱਚੇ ਨਾ ਸਾਹਮਣੇ ਵਾਲੇ ਉਹ ਨਹੀਂ ਜਿਹਦੇ ਰੱਦੀ ਹੋਇਆ, ਕਬੱਡੀ ਵਾਲੇ ਵੀ, ਦੌੜਨ ਵਾਲੇ ਵੀ, ਮੈਨੂੰ ਉੱਧਰ ਸ਼ੱਕ ਪੈ ਗਏ ਜਿਹੜੇ ਲੋਕਾਂ ਨੂੰ, ਮੁੜੇ ਨੂੰ ਮੈਨੂੰ ਚੈੱਕ ਕੀਤਾ ਤੂੰ, ਤੇ ਮੈਂ ਇਹ ਤਾਂ ਨਹੀਂ ਡਾਕਾ ਕੇ ਦੌੜਦਾ, ਇੱਥੇ ਤਾਂ ਬਦਨਾਮੀ ਹੋਈ ਆ, ਮੈਨੂੰ ਇੱਥੇ ਤਾਂ ਬਦਨਾਮੀ ਹੋਈ ਆ, ਡਾਕਟਰ ਨੇ ਕਿਹਾ ਆ ਉੱਥੇ ਨਾ ਇਲਾਜ ਕਰਵਾਉਣ ਲੱਗ ਪਏ, ਆਹ ਲੈ ਲਾ ਤੇਰੀ ਟਿਕਟ 'ਤੇ ਲਿਖਤਾ, ਜਿਹੜੇ ਔਖਾ ਹੋਇਆ ਕਿ ਦਾਵਾਂ ਆ ਜਾਈ ਮੈਨੂੰ ਬਿਮਾਰੀ, ਠੀਕ ਹੈ, ਹਰਨੀਆਂ ਦੀ, ਮਤਲਬ ਵੀ ਕੋਈ ਡਰੱਗ ਉਹੋ ਜਿਹੀ ਨਾ ਦਿੱਤੀ ਜਾਵੇ, ਨਹੀਂ ਖਾਧੀ ਨਾ ਜਾਵੇ, ਉੱਥੇ ਜਿਹੜੇ ਡਾਕਟਰ ਇੱਥੇ ਬਹੁਤ ਵਧੀਆ ਵਧੀਆ, ਸਭ ਕੁਝ ਵਧੀਆ, ਪਰ ਬੇਈਮਾਨੀ, ਉੱਥੇ ਡਾਕਟਰਾਂ ਨੇ ਕਹਿਣਾ ਬਾਹਰੋਂ ਆਇਆ ਪੈਸਾ ਲੈ ਜਾਓ, ਇੱਥੇ ਮਰ ਦਿਓ, ਦੇਖੋ ਕਿੱਦਾਂ ਦਾ ਮਾਲਕ, ਕਿੱਦਾਂ ਦੇ ਡਾਕਟਰ, ਇਹ ਬਦਨਾਮੀ ਹੋ ਗਈ। ਅਤੇ ਹੁਣ ਅਸੀਂ ਆਪਣੇ ਨੌਜਵਾਨਾਂ ਨੂੰ ਕੀ ਮੈਸੇਜ ਦੇਣਾ ਚਾਹਾਂਗੇ ਵੀ ਪਰੇ ਰਹਿਣ ਨਸ਼ਿਆਂ ਤੋਂ ਬਚੇ? ਇਹ ਜਿਹੜੀ ਹੈ ਨਾ ਦੌੜ, ਇਹ ਇਹੋ ਜਿਹੀ ਆ, ਮੈਸੇਜ ਵੀ ਦਿਓ, ਐਟੋਮੈਟਿਕ ਹੀ ਬੱਚੇ ਰਹਿਣਗੇ। ਠੀਕ ਹੈ, ਕਿਉਂ
ਸਵੇਰ ਨੂੰ ਰਾਤ ਨੂੰ ਜਿਹੜੇ ਕੋਈ ਮਾੜੀ ਚੀਜ਼ ਖਾਧੀ ਹੋਵੇ ਨਾ, ਸਵੇਰ ਨੂੰ ਪੈਰ ਨਾ ਪੱਟ ਹੋਵੇ, ਉਸ ਲਈ ਆਦਮੀ ਦਾ ਸਰੀਰ ਜੱਜ ਹੋ ਜਾਂਦਾ। ਨਿਕੰਮੀ ਚੀਜ਼ ਖਾਧੀ ਹੋਈ, ਰਾਤ ਨੂੰ ਸ਼ਰਾਬ ਘੁੱਟ ਪੀ ਲਓ, ਸਵੇਰ ਨੂੰ ਵੀ ਪੀ ਲਓ, ਸਵੇਰ ਨੂੰ ਦੌੜੀ ਨਹੀਂ ਹੁੰਦੀ। ਇਹ ਤਾਂ ਇਹੋ ਜਿਹੀ ਚੀਜ਼ ਵਾ, ਸਟੈਂਡ ਅਕਲਮੰਦੀ ਕਹਿਣ ਦੀ ਲੋੜ ਨਹੀਂ, ਕਹਿਣਾ ਤਾਂ ਚਾਹੀਦਾ, ਪਰ ਨਹੀਂ, ਉਹਨਾਂ ਦੇ ਜਿਹੜੇ ਆਸ਼ਕ ਹੋ ਜਾਂਦੇ ਨੇ ਇਸ ਚੀਜ਼ ਦੇ, ਸਰੀਰ ਕਾਮਯਾਬ ਹੋ ਜਾਂਦਾ, ਇਹਦੇ ਵਿੱਚ ਸਾਰੀਆਂ ਹੀ ਗੱਲਾਂ ਵੱਧ ਜਾਂਦੀਆਂ। ਅੰਗਰੇਜ਼ਾਂ ਨੂੰ ਅੱਜ ਤੋਂ ਕੋਲੋਂ ਦੀ ਹਰ ਸ਼ਹਿਰ ਹੁੰਦੀ ਆ, ਹਰ ਮੁਲਕਾਂ 'ਚ ਹੁੰਦੀ ਆ, ਤੁਹਾਡਾ ਕੀ ਕੋਲੋਂ ਪੈਸੇ ਲੈਂਦੇ ਹੋ, 1500 ਪਾਉਂਡ ਕਰਤਾ ਇਹ ਕੰਮ ਨੰਨਣ 'ਚ, ਫਿਰ ਯਾਰ ਕੀਤਾ, ਗੋਰਿਆਂ ਦਾ ਪ੍ਰਵਾਹ ਨਹੀਂ ਉੱਥੋਂ ਪੈ ਲੈਣੇ, ਪੰਜਾਬੀ ਬੰਦੇ ਅਕਲੇ ਆਏ ਆ ਅਤੇ ਡਾਕਟਰੀ ਹੋਰ, ਇਹ ਪੰਜਾਬੀ ਬੰਦੇ ਗਏ ਨਾ, ਫਿਰ 1000 ਕੀਤਾ। ਅੱਛਾ ਜੀ, ਇੱਕ ਆਹਦੇ ਨਾਲੇ ਬਚਾਈ ਕਿਲੋ ਮੀਟਰ 'ਚ ਪਵੋ, ਨਾਲੇ ਉਹਨਾਂ ਨੂੰ ਪੈਸੇ ਦਿਓ, ਜੇ ਕੋਈ ਜਾਣ ਬੰਦਾ ਹੁਣ ਪੁਰਾਣੇ ਜਿਹੜੇ ਬਜ਼ੁਰਗ ਬੰਦੇ ਆ, ਨਹੀਂ ਇਸ ਚੀਜ਼ ਨਾਲ ਭਲਾ ਹੋਵੇ ਤੁਹਾਡਾ ਜਿਹੜਾ ਇਹ ਕੰਮ ਕਰਨ ਲੱਗੇ, ਸਾਰੇ ਪੰਜਾਬ ਦਾ ਭਲਾ ਹੋਵੇ, ਮੈਂ ਤਾਂ ਕਹਿੰਦਾ ਨਿਆਣੇ ਐਂਡੋਮੈਟਿਕ ਸੁਧਰ ਜਾਣ, ਕਹਿਣ ਦੀ ਲੋੜ ਹੀ ਨਾ ਰਹੇ। ਬਿਲਕੁਲ, ਮਤਲਬ ਇਸ ਪਾਸੇ ਪਾਉਣਾ ਚਾਹੀਦਾ ਹੈ, ਦੌੜਨ ਵਾਲੇ ਪਾਸੇ ਨਿਆਣਿਆਂ ਨੂੰ ਔਰ ਨੌਜਵਾਨਾਂ ਨੂੰ, ਤਾਂ ਕਿ ਉਹ ਜਿਹੜੇ ਨਸ਼ਿਆਂ ਤੋਂ ਬਚੇ ਰਹਿਣ। ਬਾਬਾ ਜੀ ਤੁਸੀਂ ਇੱਥੇ ਆਏ ਔਰ ਤੁਹਾਡੇ ਚਰਨ ਇੱਥੇ ਪਏ, ਫੁੱਟਬਾਲ ਖੇਡਣ, ਹੋਰ ਗੇਮਾਂ ਖੇਡਣ, ਇਹ ਤਾਂ ਨਹੀਂ ਗੱਲ, ਠੀਕ ਹੈ, ਨਸ਼ਿਆਂ ਤੋਂ ਬਚੇ ਰਹਿਣ। ਸੋ ਇਹੀ ਨੌਜਵਾਨਾਂ ਨੂੰ ਬਾਬਾ ਜੀ ਦਾ ਸੰਦੇਸ਼ ਹੈ ਕਿ ਨਸ਼ਿਆਂ ਤੋਂ ਬਚੇ ਰਹਿਣ ਔਰ ਦੌੜਨ, ਖੇਡਣ, ਕੋਈ ਵੀ ਐਕਟੀਵਿਟੀ ਕਰਨ ਪਰ ਐਕਟਿਵ ਰਹਿਣ। ਬਹੁਤ ਬਹੁਤ ਧੰਨਵਾਦ। ਬੜਾ ਇਹ ਗੱਲ ਹੈ, ਜਿੱਦਾਂ ਹੁਣ ਕਬੱਡੀ ਵਿੱਚ ਆ, ਸਦਾਈ ਬਣ ਕੇ ਤਾਂ ਸਦਾਈ ਬਣਨਾ ਪੈਂਦਾ, ਨਸ਼ੇ ਖਾ ਕੇ ਨਸ਼ੇ ਇੱਦਾਂ ਦੇ ਜੋਸ਼ ਲਿਆਉਂਦੇ ਆ, ਉਹ ਨਾ, ਉਹ ਇਹਨਾਂ ਕੰਮਾਂ 'ਚ ਹੈ ਨਹੀਂ।